ਸਾਡੇ ਪਾਪਾ ਚਲੇ ਗਏ, ਮੇਰੇ ਪਾਪਾ ਚਾਹੀਦੇ, ਮੈਂ ਪਾਪਾ ਆਪਣੇ ਤੋਂ ਬਗੈਰ ਨਹੀਂ ਰਹਿ ਸਕਦੀ, ਮੈਂ ਸੱਚੀ ਆਣੀ। ਪੁੱਤ ਦੀਆਂ ਅੱਖਾਂ ਸਾਹਮਣੇ ਹੀ ਪਿਓ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ। ਦਰਸਲ ਇੱਕ ਵਿਅਕਤੀ ਜੋ ਕਿ ਬਿਜਲੀ ਦਾ ਕੰਮ ਕਰਦਾ ਸੀ, ਜਦੋਂ ਆਪਣੇ ਬੇਟੇ ਦੇ ਨਾਲ ਘਰ ਦੇ ਵਿੱਚ ਖਾਣ ਲਈ ਆਟਾ ਲੈਣ ਗਿਆ ਤਾਂ ਰਸਤੇ ਦੇ ਵਿੱਚ ਉਹਨੂੰ ਫੋਨ ਆਇਆ ਕਿ ਕਿਸੇ ਦੇ ਘਰ ਦੀ ਬਿਜਲੀ ਖਰਾਬ ਹੋ ਗਈ ਹੈ। ਉਹ ਮੌਕੇ 'ਤੇ ਪਹੁੰਚੇ, ਪਰ ਜਦੋਂ ਕਿਹਾ ਜਾ ਰਿਹਾ ਕਿ ਉਹ ਮੌਕੇ ਦੇ ਉੱਤੇ ਪਹੁੰਚਦਾ ਤਾਂ ਟਰਾਂਸਫਾਰਮਰ ਦਾ ਫੇਸ ਉੱਡਿਆ ਹੁੰਦਾ, ਪੂਰਾ ਮੁਹੱਲਾ ਖੜਾ ਹੁੰਦਾ ਅਤੇ ਮੁਹੱਲਾ ਖੜਾ ਹੋਣ ਦੇ ਨਾਲ ਉਸਨੂੰ ਜ਼ਬਰਦਸਤੀ ਉਸ ਟਰਾਂਸਫਾਰਮਰ ਦੇ ਉੱਪਰ ਚੜ੍ਹਾ ਦਿੱਤਾ ਜਾਂਦਾ। ਹਾਲਾਂਕਿ ਪਹਿਲਾਂ ਤਾਂ ਜੋ ਬਿਜਲੀ ਠੀਕ ਕਰਨ ਵਾਲਾ ਵਿਅਕਤੀ ਹੈ ਉਹ ਕਹਿ ਦਿੰਦਾ ਕਿ ਉਹ ਇਹ ਕੰਮ ਨਹੀਂ ਕਰ ਸਕਦਾ, ਪਰ ਕਿਹਾ ਜਾ ਰਿਹਾ ਕਿ ਜਿਵੇਂ ਹੀ ਮੁਹੱਲੇ ਵਾਲਿਆਂ ਨੇ ਉਸਦੇ ਨਾਲ ਜ਼ਬਰਦਸਤੀ ਕੀਤੀ ਤਾਂ ਉਹ ਟਰਾਂਸਫਾਰਮਰ ਦੇ ਉੱਤੇ ਚੜ੍ਹ ਜਾਂਦਾ। ਹਾਲਾਂਕਿ ਉਸਦਾ ਪੁੱਤ ਵੀ ਉਸਨੂੰ ਮਨਾ ਕਰਦਾ, ਪਰ ਉਹ ਜ਼ਬਰਦਸਤੀ ਜਦੋਂ ਚੜ੍ਹਦਾ ਤਾਂ ਉਸਦਾ ਹੱਥ ਨਹੀਂ ਪਹੁੰਚਦਾ ਅਤੇ ਫਿਰ ਉਹ ਉਤਰ ਕੇ ਨੀਚੇ ਆਉਂਦਾ ਅਤੇ ਫਿਰ ਤੋਂ ਮੁਹੱਲੇ ਵਾਲਿਆਂ ਨੂੰ ਮਨਾ ਕਰ ਦਿੰਦਾ। ਪਰ ਜਿਸ ਤੋਂ ਬਾਅਦ ਦੇ ਵਿੱਚ ਫਿਰ ਮੁਹੱਲੇ ਵਾਲੇ ਜ਼ਿੱਦ ਕਰਦੇ ਨੇ ਅਤੇ ਜਦ ਉਹ ਉੱਪਰ ਚੜ੍ਹਦਾ ਤਾਂ ਅਚਾਨਕ ਹੀ ਕਰੰਟ ਲੱਗਣ ਦੇ ਨਾਲ ਜ਼ਮੀਨ ਦੇ ਉੱਤੇ ਡਿੱਗ ਜਾਂਦਾ। ਹਾਲਾਂਕਿ ਉਸਨੂੰ ਹਸਪਤਾਲ ਲੈ ਕੇ ਜਾਣ ਦੀ ਥਾਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਸਦੇ ਸਿਰ ਦੇ ਵਿੱਚ ਠੰਡਾ ਪਾਣੀ ਪਾ ਦਿੱਤਾ ਅਤੇ ਜਦੋਂ ਉਹ ਕਾਫੀ ਜ਼ਿਆਦਾ ਸੀਰੀਅਸ ਹੋ ਗਿਆ ਤਾਂ ਉਸਨੂੰ ਹਸਪਤਾਲ ਲੈ ਕੇ ਜਾਣ ਦੀ ਥਾਂ ਕੈਮਿਸਟ ਵਾਲੇ ਦੀ ਦੁਕਾਨ 'ਤੇ ਲੈ ਕੇ ਜਾਣ ਲੱਗੇ ਸੀ। ਪਰ ਜਿਵੇਂ ਹੀ ਜਦੋਂ ਉਹ ਹਸਪਤਾਲ ਦੇ ਵਿੱਚ ਪਹੁੰਚਿਆ ਤਾਂ ਉੱਥੇ ਜਾ ਕੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਤਾਂ ਦੱਸ ਦਈਏ ਕਿ ਪੁੱਤ ਦੀਆਂ ਅੱਖਾਂ ਸਾਹਮਣੇ ਹੀ ਪਿਓ ਦੀ ਮੌਤ ਹੋ ਗਈ ਹੈ। ਹਾਲਾਂਕਿ ਇੱਕ ਹੱਸਦਾ ਖੇਡਦਾ ਪਰਿਵਾਰ ਸੀ, ਖੁਸ਼ੀ ਖੁਸ਼ੀ ਰਹਿੰਦਾ ਸੀ, ਪਰ ਅਚਾਨਕ ਹੀ ਮੁਹੱਲੇ ਵਾਲਿਆਂ ਨੇ ਜ਼ਬਰਦਸਤੀ ਕੀਤੀ ਜਿਸ ਦੇ ਕਾਰਨ ਉਸਦੀ ਜਾਨ ਚਲੀ ਗਈ। ਤਾਂ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਹਾਲਾਂਕਿ ਇਸ ਮੌਕੇ ਦੇ ਉੱਤੇ ਜਿਸ ਪੁੱਤ ਦੇ ਸਾਹਮਣੇ ਪਿਓ ਦੀ ਜਾਨ ਨਿਕਲੀ ਆ, ਉਸਨੇ ਵੀ ਮੁਹੱਲੇ ਵਾਲਿਆਂ ਦੇ ਉੱਤੇ ਹੀ ਗੰਭੀਰ ਇਲਜ਼ਾਮ ਲਗਾਏ ਨੇ। ਮੈਂ ਤੇ ਮੇਰੇ ਪਾਪਾ ਇਕੱਠੇ ਕੰਮ ਕਰਨ ਜਾਂਦੇ ਹਾਂ। ਮੈਂ ਤੇ ਪਾਪਾ ਨਾ ਕਿਸੇ ਦੀ ਮੋਟਰ ਵੇਖਣ ਗਏ ਸੀ ਅਤੇ ਨਾ ਉੱਧਰੋਂ ਘਰ 'ਚ ਆਟਾ ਨਹੀਂ ਸੀ ਹੈਗਾ। ਮੰਮਾ ਨੇ ਕਿਹਾ ਸੀ ਆਟਾ ਲੈ ਆਇਓ, ਆਪਾਂ ਨਾ ਫਿਰ ਇੱਧਰ 88 ਫੁੱਟ 'ਤੇ ਆਟਾ ਲੈਣ ਚਲ ਗਏ ਸੀ। ਅਤੇ ਜੋ 88 ਫੁੱਟ ਤੋਂ ਆਟਾ ਲਿਆਉਂਦੇ ਨਾ, ਅਤੇ ਰਾਤ 'ਚ ਉਹਨਾਂ ਨੂੰ ਫੋਨ ਆਇਆ ਕਿ ਇਨਵੇਟਰ 'ਚ ਪਾਣੀ ਪਾ ਦਿਓ। ਆਪਾਂ ਇਨਵੇਟਰ 'ਚ ਪਾਣੀ ਪਾ ਕੇ ਘਰ ਨੂੰ ਆਉਣ ਲੱਗੇ ਸੀ ਅਤੇ ਉਹਨਾਂ ਦਾ ਫੋਨ ਆਇਆ, ਉਹ ਕਹਿੰਦੇ ਆਪਾਂ ਘਰ ਦੀ ਬੱਤੀ ਠੀਕ ਕਰਾਉਣੀ ਆ। ਅਤੇ ਜਦੋਂ ਆਪਾਂ ਗਏ, ਆਪਾਂ ਉਹ ਗਲੀ, ਪਾਪਾ ਕਹਿੰਦੇ ਮੈਂ ਆਟਾ ਛੱਡ ਕੇ ਆਉਂਦਾ ਆਪਣੇ ਘਰ ਅਤੇ ਨਾਲ ਮੇਰਾ ਬੇਟਾ ਆ। ਅਤੇ ਪਾਪਾ ਕਹਿੰਦੇ ਮੈਂ ਆਉਂਦਾ ਆ, ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੁਣੇ ਹੀ ਆ ਜਾਓ। ਅਤੇ ਉਹ ਪਾਪਾ ਕਹਿੰਦੇ ਨਹੀਂ ਮੈਂ ਆ ਜਾਂਦਾ ਘਰ ਛੱਡ ਕੇ। ਅਤੇ ਆਪਾਂ ਜਦੋਂ ਫਿਰ ਗਏ ਅਤੇ ਉਹ ਨਾ ਟਰਾਂਸਫਾਰਮ ਦੇ ਲਾਗੇ ਸਾਰੇ ਮੁਹੱਲੇ ਵਾਲੇ ਖਲੋਤੇ ਸੀ। ਪਾਪਾ ਨੇ ਜਾਂਦੇ ਕਹਿ ਤਾ ਜੇ ਤਾਂ ਕੋਈ ਟਰਾਂਸਫਾਰਮ ਦਾ ਕੰਮ ਹੈ ਨਾ ਫਿਰ ਮੈਨੂੰ ਨਾ ਕਿ ਉਹ ਕੰਮ ਨਾ ਮੇਰਾ ਨਹੀਂ ਜੇ। ਅਤੇ ਉਹਨਾਂ ਨੇ ਨਾ ਪੌੜੀ ਲਾ ਕੇ ਰੱਖੀ, ਉਹ ਕਹਿੰਦੇ ਕਿ ਇੱਥੇ ਚੜ੍ਹ ਜਾਓ ਅਤੇ ਉੱਥੇ ਫੇਸ ਲਾ ਦਿਓ। ਪਾਪਾ ਮੈਂ ਕਿਹਾ ਪਾਪਾ ਜੀ ਨਾ ਚੜ੍ਹਿਓ। ਪਾਪਾ ਕਹਿੰਦੇ ਨਹੀਂ ਚੜ੍ਹਨਾ। ਅਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਚੜ੍ਹ ਜਾਓ, ਮੈਂ ਵੀ ਆਪੇ ਲਾ ਲੈਂਦਾ ਨਾ, ਮੇਰੀ ਲੱਤ 'ਤੇ ਸੱਟ ਲੱਗੀ ਮੈਂ ਤਾਂ ਨਹੀਂ ਲਾਉਂਦਾ। ਪਾਪਾ ਨੇ ਬੜਾ ਮਨਾ ਕੀਤਾ ਅਤੇ ਮੈਂ ਵੀ ਬੜਾ ਮਨਾ ਕੀਤਾ। ਉਹ ਕਹਿੰਦੇ ਕੋਈ ਗੱਲ ਨਹੀਂ ਚੜ੍ਹ ਜਾਓ ਚੜ੍ਹ ਜਾਓ। ਮੇਰੇ ਪਾਪਾ ਨੂੰ ਫਿਰ ਉੱਪਰ ਚੜ੍ਹਾ ਤਾ, ਮੇਰੇ ਪਾਪਾ ਦਾ ਹੱਥ ਨਹੀਂ ਪਹੁੰਚਿਆ। ਪਾਪਾ ਫਿਰ ਨੀਚੇ ਆ ਗਏ ਪੌੜੀ ਤੋਂ ਅਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜ੍ਹ ਜਾਓ ਚੜ੍ਹ ਜਾਓ, ਟਰਾਂਸਫਾਰਮ ਦੇ ਨਾ ਡੱਬੇ ਦੇ ਉੱਤੇ ਪੈਰ ਰੱਖ ਦਿਓ
ਮੇਰੇ ਪਾਪਾ ਨੇ ਉਹਦੇ ਉੱਤੇ ਪੈਰ ਰੱਖਿਆ, ਮੇਰੇ ਪਾਪਾ ਨੇ ਪਲਾਸਤਰ ਕਰੇ ਡਿਆ, ਮੇਰੇ ਪਾਪਾ ਮੂੰਹ ਦੇ ਪਾਣੀ 'ਚ ਡਿੱਗ ਗਏ, ਮੇਰੇ ਪਾਪਾ ਦੇ ਸੱਟ ਲੱਗ ਗਈ, ਉਹਨਾਂ ਨੇ ਉੱਤੋਂ ਠੰਡਾ ਪਾਣੀ ਪਾ ਦਿੱਤਾ ਮੇਰੇ ਪਾਪਾ ਦੇ ਸਿਰ 'ਚ, ਅਤੇ ਕਹਿੰਦੇ ਮੈਡੀਕਲ ਸਟੋਰ 'ਤੇ ਖੜਨਾ, ਹੋਸਪਿਟਲ ਨਹੀਂ ਖੜਨਾ, ਉਹ ਮੈਂ ਗੱਡੀ 'ਚ ਨਾਲ ਸੀ ਤਾਂ ਕਰਕੇ ਉਹ ਹੋਸਪਿਟਲ ਲੈ ਕੇ ਗਏ, ਉਹ ਨਾ ਠੱਜੀ ਮੁੜ ਅਤੇ ਮੈਡੀਕਲ ਸਟੋਰ 'ਚ ਲੈ ਕੇ ਚੱਲੇ ਸੀ ਮੇਰੇ ਪਾਪਾ ਨੂੰ। ਹਾਂਜੀ, ਕਹਿੰਦੇ ਚੜ ਜਾਓ ਚੜ ਜਾਓ, ਮੈਂ ਬੜਾ ਮਨਾ ਕੀਤਾ, ਪਾਪਾ ਨੇ ਵੀ ਬੜਾ ਮਨਾ ਕੀਤਾ, ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਆਪਾਂ ਖਲੋਤੇ ਹਾਂ, ਕਿਸੇ ਨੇ ਨਹੀਂ ਸੀ ਪੌੜੀ ਫੜੀ, ਮੈਂ ਇਕੱਲੇ ਨੇ ਪੌੜੀ ਫੜੀ ਸੀ, ਸਾਰੇ ਜਾਣੇ ਪਿੱਛੇ ਪਿੱਛੇ ਖਲੋਤੇ ਸੀ, ਪਾਪਾ ਮੈਂ ਪਾਪਾ ਨੂੰ ਫੜ ਲੈਣਾ ਸੀ ਲੇਕਿਨ ਪਾਪਾ ਉੱਧਰਲੀ ਸਾਈਡ 'ਤੇ ਡਿੱਗ ਕੇ ਪਾਪਾ ਦੇ ਸਿਰ 'ਚ ਸੱਟ ਲੱਗ ਗਈ, ਮੇਰੇ ਪਾਪਾ ਦੀ ਡੈਥ ਹੋ ਗਈ। ਉਹ ਲਕਸ਼ਮੀ ਵਿਹਾਰ ਰਹਿੰਦੇ ਜੇ, ਹਾਂਜੀ, ਉਹਨਾਂ ਉਹ ਜਿਹੜੇ ਸਰਕਾਰੀ ਨੌਕਰੀ ਕਰਦੇ ਉਹਨਾਂ ਦਾ ਨਾਮ ਅਸ਼ਵਿਨੀ ਕੁਮਾਰ ਆ, ਅਤੇ ਜਿਹਨਾਂ ਦਾ ਕਰਿਆਨਾ ਸਟੋਰ ਉਹਨਾਂ ਦੇ ਭਰਾ ਦਾ, ਉਹਨਾਂ ਦਾ ਨਾਮ ਰੋਸ਼ਨ ਆ। ਮੇਰਾ ਭਾਅ ਜੀ ਸਿਮਰਨ ਦਾ ਨਾਮ। ਹਾਂਜੀ, ਕੀ ਗੱਲ ਹੋਈ ਸੀ ਭਾਈ? ਇਹਨਾਂ ਨੇ ਬਿਜਲੀ ਦਾ ਕੰਮ ਕਰਦੇ ਸੀ, ਇਹਨਾਂ ਫੋਨ ਕੀਤਾ ਕਿ ਇੱਦਾਂ ਇੱਦਾਂ ਸਾਡੀ ਨਾ ਬਿਜਲੀ ਖਰਾਬ ਆ ਅਤੇ ਤੁਸੀਂ ਘਰ ਆਓ, ਅਤੇ ਗਏ ਆ, ਮੁੜ ਕੇ ਇਹਨਾਂ ਨੇ ਵੇਖਿਆ ਪ੍ਰਾਈਵੇਟ ਸਾਡਾ, ਹਾਂਜੀ, ਅਤੇ ਕਹਿੰਦੇ ਰਹੇ ਕਿ ਕੰਮ ਕਰੋ, ਬਾਅਦ 'ਚ ਉੱਥੇ ਗਏ ਅਤੇ ਕਹਿੰਦੇ ਟਰਾਂਸਫਾਰਮ ਦਾ ਕੰਮ, ਕਹਿੰਦੇ ਇਹ ਮੇਰਾ ਸਾਡਾ ਕੰਮ ਨਹੀਂ ਹੈਗਾ, ਇਹ ਬਿਜਲੀ ਵਾਲਿਆਂ ਦਾ, ਦੂਜਿਆਂ ਦਾ ਕੰਮ, ਕਹਿੰਦੇ ਕਿ ਨਹੀਂ ਅੱਜ ਸੰਡੇ ਆ, ਅੱਜ ਨਹੀਂ ਕੰਮ ਇਹ ਹੋਣਾ, ਅਤੇ ਤੂੰ ਕਰ ਚੜ ਪੌੜੀ, ਕਹਿੰਦੇ ਇੱਕ ਵਾਰੀ ਚੜ੍ਹੇ ਆ ਬੇਟਾ ਮੇਰਾ ਦੱਸਦਾ, ਕਹਿੰਦੇ ਚੜ੍ਹੇ ਆ ਫਿਰ ਉੱਤਰ ਕੇ ਕਿ ਮੇਰਾ ਹੱਥ ਨਹੀਂ ਪਹੁੰਚਦਾ, ਮੈਨੂੰ ਇਹ ਨਹੀਂ ਜਾਚ, ਕਹਿੰਦੇ ਤੁਸੀਂ ਚੜ੍ਹੋ ਚੜ੍ਹੋ, ਮੈਨੂੰ ਜਾਚ ਆ ਮੇਰੀ ਲੱਤ ਦੁਖਦੀ, ਮੈਂ ਤਾਂ ਨਹੀਂ ਉੱਪਰ ਚੜ੍ਹਦਾ ਪਿਆ, ਅਤੇ ਸਾਡੇ ਇਨਸਾਫ ਕੀਤਾ ਜਾਏ ਭਾਅ ਜੀ। ਕੁਝ ਕੱਲ੍ਹ ਸਾਨੂੰ ਇੱਕ PI ਮਿਲੀ, ਪੁਲਿਸ ਇਨਫੋਰਮੇਸ਼ਨ ਮਿਲੀ ਸੀ ਹੋਸਪਿਟਲ ਤੋਂ ਕਿ ਗੁਰਮੁਖ ਸਿੰਘ ਨਾਮ ਦਾ ਵਿਅਕਤੀ ਜਿਹੜਾ ਜਿਹਦੀ ਕਰੰਟ ਲੱਗਣ ਕਰ ਹੋਸਪਿਟਲ 'ਚ ਡੇਰੇ ਲੱਗ ਮੌਤ ਹੋ ਗਈ ਆ, ਅਤੇ IO ਭੇਜੋ। ਜਸਤੀ ਏ ਸੀ ਜਸਪਾਲ ਸਿੰਘ ਨੂੰ ਮੌਕੇ 'ਤੇ ਭੇਜਿਆ ਸੀ, ASC ਜਸਪਾਲ ਸਿੰਘ ਵੱਲੋਂ ਇਹ ਉਹਦੀ ਪਤਨੀ ਸਿਮਰਨ ਦਾ ਜਿਹੜਾ ਉਹ ਸਟੇਟਮੈਂਟ ਰਿਕਾਰਡ ਕੀਤੀ ਗਈ, ਉਹ ਸਟੇਟਮੈਂਟ ਦੇ ਅਕੋਰਡਿੰਗ ਉਹਦਾ ਸਟੇਟਮੈਂਟ ਜਿਹੜਾ ਇਹ ਗੱਲ ਸਾਹਮਣੇ ਆਈ ਕਿ ਵੀ ਗੁਰਮੁਖ ਸਿੰਘ ਇੱਕ ਪ੍ਰਾਈਵੇਟ ਤੌਰ 'ਤੇ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਮਿਤੀ 30/6/24 ਨੂੰ ਇਹ ਆਪਣੇ ਬੱਚੇ ਅਰਸ਼ਦੀਪ ਦੇ ਨਾਲ ਜਿਹੜਾ ਵਾ ਉਹ 88 ਫੁੱਟ ਰੋਡ ਤੋਂ ਆ ਰਿਹਾ ਸੀ, ਤਾਂ ਇਹਨਾਂ ਨੂੰ ਕਿਸੇ ਅਸ਼ਵਨੀ ਕੁਮਾਰ ਔਰ ਰਵੇਸ਼ ਕੁਮਾਰ ਨੇ ਜੋ ਕਰਿਆਨੇ ਦਾ ਕੰਮ ਕਰਦੇ ਨੇ ਉਹਨਾਂ ਨੇ ਫੋਨ ਕੀਤਾ ਵੀ ਉਹਨਾਂ ਦੀ ਡਾਇਟ ਖਰਾਬ ਹੋਈ ਆ, ਘਰ ਪਹੁੰਚੋ। ਜਿਸ 'ਤੇ ਉਹਨਾਂ ਦੇ ਘਰ ਪਹੁੰਚਿਆ, ਘਰ ਪਹੁੰਚਣ 'ਤੇ ਪਤਾ ਲੱਗਾ ਵੀ ਘਰ ਦੇ ਵਿੱਚ ਕੋਈ ਵੀ ਲਾਈਟ ਦਾ ਕੋਈ ਫਾਟ ਨਹੀਂ ਹੈਗਾ, ਜਦੋਂ ਉਹਨੇ ਦੇਖਿਆ ਵੀ ਘਰ ਵਿੱਚ ਬਿਲਕੁਲ ਲਾਈਟ ਠੀਕ ਆ, ਤੁਸੀਂ ਇਸ ਤਰ੍ਹਾਂ ਕਰੋ ਆਪਣੀ ਕੋਈ ਬਾਹਰ ਚੈੱਕ ਕਰਵਾ ਲਓ। ਉਹਨਾਂ ਨੇ ਬਾਹਰ ਚੈੱਕ ਕਰਵਾਇਆ, ਪਤਾ ਲੱਗਾ ਵੀ ਟਰਾਂਸਫਾਰਮਰ ਤੋਂ ਕੁਝ ਫਾਲਟ ਜਿਹੜਾ ਨਜ਼ਰ ਆਇਆ, ਔਰ ਉਹ ਗੁਰਮੁਖ ਸਿੰਘ ਜਿਹੜਾ ਮ੍ਰਿਤਕ ਆ ਉਹਨੇ ਇਹ ਵੀ ਗੱਲ ਕਹੀ ਵੀ ਇਹ ਜਿਹੜਾ ਬੈਂਡ ਟਰਾਂਸਫਾਰਮਰ ਦਾ ਕੰਮ ਨਹੀਂ ਕਰਨਾ, ਇਹ ਬਿਜਲੀ ਬੋਰਡ ਦਾ ਕੰਮ ਆ, ਤੁਸੀਂ ਬਿਜਲੀ ਬੋਰਡ ਦੇ ਇੰਪਲਾਈ ਬੁਲਾ ਕੇ ਆਪਣਾ ਕੰਮ ਕਰਵਾਓ। ਲੇਕਿਨ ਰਮੇਸ਼ ਕੁਮਾਰ ਔਰ ਅਸ਼ਵਨੀ ਕੁਮਾਰ ਨੇ ਜਾਣਕਾਰ ਹੋਣ ਕਰਕੇ ਉਹਨਾਂ ਦੀ ਇਹ ਮਨਸ਼ਾ ਨਹੀਂ ਸੀ ਵੀ ਕੋਈ ਕਿਸੇ ਕਿਸਮ ਦਾ ਕੋਈ ਗਲਤ ਕਰ, ਲੇਕਿਨ ਉਹਨਾਂ ਨੇ ਇਹ ਕੰਮ ਕੀਤਾ ਅਣਗਹਿਲੀ ਔਰ ਲਾਪਰਵਾਹੀ ਵਰਤੀ, ਬਿਜਲੀ ਬੋਰਡ ਦੇ ਕਰਮਚਾਰੀ ਬੁਲਾਉਣ ਦੇ ਬਾਵਜੂਦ ਨਾ ਬੁਲਾਉਣ ਬੁਲਾ ਕੇ ਉਹਨਾਂ ਨੂੰ ਇਹਨੂੰ ਜਿਹੜਾ ਟਰਾਂਸਫਾਰਮਰ 'ਤੇ ਚੜਾਇਆ, ਜਿਸ ਕਰਕੇ ਉਹਦਾ ਝਟਕਾ ਕਰੰਟ ਦਾ ਲੱਗਣ ਕਰਕੇ ਉਹ ਹੇਠਾਂ ਡਿੱਗਿਆ, ਉਹਦੇ ਸਿਰ 'ਚ ਸੱਟ ਲੱਗੀ ਅਤੇ ਦੌਰਾਨ ਇਲਾਜ ਉਹਦੀ ਕੱਲ੍ਹ ਮੌਤ ਹੋ ਗਈ ਸੀ। ਜਿਸ ਕਰਕੇ ਉਸਦੀ ਪਤਨੀ ਸਿਮਰਨ ਦੇ ਬਿਆਨ 'ਤੇ ਅਸੀਂ ਜਿਹੜਾ ਉਹ ਇਹ ਮੁਕੱਦਮਾ ਦਰਜ ਕਰ ਦਿੱਤਾ ਵਾ, ਤਫਤੀਸ਼ ਜਾਰੀ ਹੈ। ਸਰ ਉਹਦਾ ਬੱਚਾ ਜਿਹੜਾ ਕਹਿ ਰਿਹਾ ਸੀ ਉਹ ਵੀ ਕਹਿ ਰਿਹਾ ਜ਼ਬਰਦਸਤੀ ਇਹਨਾਂ ਨੂੰ ਚੜਾਇਆ ਟਰਾਂਸਫਾਰਮ 'ਤੇ। ਇਹੀ ਗੱਲ ਮੈਂ ਤੁਹਾਨੂੰ ਦੱਸ ਸਕਾਂ ਪਹਿਲਾਂ ਵੀ ਉਹਨਾਂ ਨੇ ਇਹ ਗੱਲ ਗੁਰਮੁਖ ਸਿੰਘ ਨੇ ਆਪਣੇ ਪਹਿਲਾਂ ਮਰ ਚੜ੍ਹਨ ਤੋਂ ਪਹਿਲਾਂ ਟਰਾਂਸਫਾਰਮ ਤੋਂ ਪਹਿਲਾਂ ਚੜ੍ਹਨ ਤੋਂ ਪਹਿਲਾਂ ਕਹੀ ਸੀ ਉਹਨਾਂ ਨੂੰ ਵੀ ਮੇਰਾ ਇਹ ਕੰਮ ਨਹੀਂ ਹੈਗਾ, ਤੁਸੀਂ ਇਹ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਬੁਲਾਇਆ ਕਰਾਓ, ਲੇਕਿਨ ਉਹਨਾਂ ਨੇ ਮੈਨੇ ਇਹਨਾਂ ਨੂੰ ਇਹ ਕਹਿ ਕੇ ਚੜ੍ਹਾ ਦਿੱਤਾ। ਸਰ ਕਿੰਨੀ ਉਮਰ ਸੀ ਦੋਸ਼ੀ ਦਾ, ਦੋਸ਼ੀ ਬਾਰੇ ਕੋਈ? ਦੋਸ਼ੀਆਂ ਦੇ ਇੱਕ ਦੋਸ਼ੀ ਜਿਹੜਾ ਵਾ ਰਮੇਸ਼ ਕੁਮਾਰ ਜਿਹੜਾ ਉਹ ਸਾਡੇ ਕੋਲ ਦੱਸਿਆ, ਉਹਦੀ ਅਵੇਲੇਬਲ ਫੈਂਸ ਹੋਣ ਕਰਕੇ ਉਹਦੀ ਜ਼ਮਾਨਤ 'ਤੇ ਆ, ਲੇਕਿਨ ਜਿਹੜਾ ਬਾਕੀ ਦੇ ਆ ਉਹ ਵੀ ਅਸੀਂ ਜਿਹੜੇ ਉਹਨਾਂ ਨੂੰ ਕੈਚ ਕਰ ਰਹੇ ਹਾਂ ਜੀ, ਲੈ ਪਾ ਰਹੇ ਹਾਂ, ਜਾਰੀ ਆ ਦੌਰਾਨੇ ਤਫਤੀਸ਼, ਜੋ ਵੀ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਰ ਲਈ ਜੀ।